ਪਿੱਲਰ ਡੈਮੋਕ੍ਰੇਸੀ ਦਾ ਸਭ ਤੋਂ ਇੰਪੋਰਟੈਂਟ ਪਿੱਲਰ ਤੁਹਾਨੂੰ ਲੋਕਾਂ ਨੂੰ ਕਿਹਾ ਜਾਂਦਾ, ਅਸੀਂ ਤੁਹਾਡਾ ਵੈਲਕਮ ਕਰਦੇ ਹਾਂ ਅਤੇ ਤੁਸੀਂ ਸਾਡੇ ਇੰਨੇ ਨਿੱਕੇ ਜਿਹੇ ਸੱਦੇ ਦੇ ਸਾਰੇ ਆਏ, ਤੁਹਾਡਾ ਸਾਰਿਆਂ ਦਾ ਧੰਨਵਾਦ ਵੀ। ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਜਿਹੜਾ ਮੇਨ ਏਮ ਸੀਗਾ, ਸਾਡੇ ਆਗੂ ਸੀਨੀਅਰ ਫੂਲ ਰਾਜ ਜੀ ਸਾਡੇ ਨਾਲ ਬੈਠੇ ਨੇ, ਮੈਂ ਡਾਕਟਰ ਆਲੂਵਾਲੀਆ ਜੀ ਅਤੇ ਇੱਧਰ ਪਟਵਾਰੀ ਸਾਹਿਬ ਬੈਠੇ ਨੇ। ਸਾਡਾ ਮੇਨ ਏਮ ਇਹ ਹੈਗਾ ਕਿ ਜਿਹੜੇ ਸਾਡੇ ਬਲਬੀਰ ਸਿੱਧੂ ਜੀ ਪਿਛਲੀ 3 ਵਾਰੀ ਤੋਂ MLA ਬਣਦੇ ਰਹੇ ਹੈ ਔਰ ਪੰਜਾਬ ਦੇ ਲੋਕਾਂ ਨੂੰ, ਮੋਹਾਲੀ ਦੇ ਖਾਸ ਕਰਕੇ ਲੋਕਾਂ ਨੂੰ ਵਾਅਦੇ ਕਰਦੇ ਰਹੇ ਹੈ ਕਿ ਮੈਂ ਬਹੁਤ ਵੱਡੇ ਵੱਡੇ ਕੰਮ ਕਰਦਾ ਰਿਹਾ ਔਰ ਕੀਤੇ ਨੇ। ਜਿਹੜੇ ਵੀ ਅਸੀਂ ਉਹਨਾਂ ਦੀ ਪ੍ਰੈਸ ਕਾਨਫਰੰਸ ਉਹਨੂੰ ਪੁੱਛਿਆ ਜਾਂਦਾ ਜੀ 5 ਕੰਮ ਇਹੋ ਜਿਹੇ ਦੱਸ ਦਿਓ ਜਿਹੜੇ ਤੁਸੀਂ ਕੀਤੇ ਹੈ, ਅਤੇ ਉਹ ਗੱਲ ਸ਼ੁਰੂ ਕਰਦੇ ਹੈ ਕਿ ਮੈਂ ਜੀ ਫਲਾਣੀ ਜਗ੍ਹਾ ਦੇ ਉੱਤੇ ਨੀਂਹ ਪੱਥਰ ਰੱਖਿਆ, ਉੱਥੇ ਅਸੀਂ ਬੱਸ ਸਟੈਂਡ ਬਣਾ ਰਹੇ ਹਾਂ। ਸਭ ਤੋਂ ਪਹਿਲੀ ਗੱਲ ਹੈ ਕਿ ਇਹਨਾਂ ਨੇ ਬੱਸ ਸਟੈਂਡ ਦਾ ਮੁੱਦਾ ਚੱਕਿਆ ਕਿ ਅਸੀਂ ਬੱਸ ਸਟੈਂਡ ਨੂੰ ਸੈਂਟਰ 'ਚ ਲੈ ਕੇ ਆ ਰਹੇ ਹਾਂ। ਜਿੱਦਾਂ ਹੀ ਬੱਸ ਸਟੈਂਡ ਦੀ ਇਨੋਗਰੇਸ਼ਨ ਹੋਈ 31 ਦਸੰਬਰ ਨੂੰ, 2 ਦਿਨ ਬਾਅਦ ਗਮਾਡਾ ਨੇ ਕਹਿਤਾ ਕਿ ਇੱਥੇ ਬੱਸ ਸਟੈਂਡ ਅਪਰੂਵ ਨਹੀਂ ਹੋਏਗਾ, ਬੱਸ ਸਟੈਂਡ ਇੱਥੇ ਅਪਰੂਵ ਨਹੀਂ ਕੀਤਾ ਜਾਏਗਾ। ਕਿਉਂ ਨਹੀਂ ਕੀਤਾ ਜਾਏਗਾ? ਕਿਉਂਕਿ ਇਹ ਬਹੁਤ ਜ਼ਿਆਦਾ ਡੀਪ ਪੋਕਿਟ ਹੈ, ਏਅਰਪੋਰਟ ਰੋਡ 'ਤੇ ਆਲਰੇਡੀ ਕੰਜੈਸ਼ਨ ਹੈ, ਅਸੀਂ ਇੱਥੇ ਬੱਸ ਸਟੈਂਡ ਨਹੀਂ ਦੇਵਾਂਗੇ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਬੰਦੇ ਨੇ 5 ਸਾਲਾਂ 'ਚ ਬੱਸ ਸਟੈਂਡ ਦਾ ਨੀਂਹ ਪੱਥਰ ਲਾਉਣ 'ਤੇ ਲਾਤਾ, ਉਹ ਕੀ ਕੰਮ ਕਰੂਗਾ? ਉਸ ਤੋਂ ਬਾਅਦ ਇਹ ਬਾਰ ਬਾਰ ਇੱਕ ਦਾਅਵਾ ਕਰਦੇ ਹੈ, ਕਹਿੰਦੇ ਕਰੋਨਾ ਦੇ ਅੰਦਰ ਮੈਂ ਬਹੁਤ ਜ਼ਿਆਦਾ ਕੰਮ ਕੀਤਾ। ਕਰੋਨਾ ਦੇ ਅੰਦਰ ਇਹਨਾਂ ਨੇ ਇਹ ਕੰਮ ਕੀਤਾ ਕਿ ਇਹ ਇਹਨਾਂ ਨੇ ਕਰੋਨਾ ਵਾਲੇ ਜਦ ਕਰੋਨਾ ਸ਼ੁਰੂ ਹੋਇਆ ਆਪਣੇ ਘਰ ਦੇ ਬਾਹਰ ਲਾਤਾ ਕਿ ਨੋ ਪਬਲਿਕ ਡੀਲਿੰਗ। ਇਹ ਹੁਣ ਕਹਿੰਦੇ ਹੈਲਥ ਮਿਨਿਸਟਰ ਵੀ ਇਹ ਦੇਖੋ ਵੀ ਲੜਾਈ ਲੱਗੀ ਹੋਈ ਸੀ ਅਤੇ ਹੈਲਥ ਮਿਨਿਸਟਰ ਆਪਣੇ ਘਰ ਦੇ ਅੰਦਰ ਜਾ ਕੇ ਬੈਠ ਜਾਂਦਾ ਔਰ ਕਹਿੰਦਾ ਵੀ ਕੋਈ ਪਬਲਿਕ ਡੀਲਿੰਗ ਨਹੀਂ ਮੈਂ ਕਰਾਂਗਾ। ਇਹੋ ਜਿਹੇ ਹੈਲਥ ਮਿਨਿਸਟਰ ਨੇ ਇਹ ਕਹਿੰਦਾ ਮੈਂ ਇੰਨੇ ਕੰਮ ਕੀਤੇ। ਕੋਵਿਡ ਵੈਕਸੀਨ ਦਾ ਜਿਹੜਾ ਸਕੈਮ ਇੰਨਾ ਵੱਡਾ ਹੋਇਆ ਪੰਜਾਬ ਦੇ ਅੰਦਰ, ਜਿਹੜਾ ਕਿ ਵੱਡੇ ਵੱਡੇ ਚੈਨਲਾਂ ਨੇ ਵੱਡੇ ਇੰਟਰਨੈਸ਼ਨਲ ਲੈਵਲ 'ਤੇ ਵੀ ਚੱਕਿਆ ਗਿਆ ਕਿ ਇੰਨਾ ਵੱਡਾ ਸਕੈਮ ਹੋਇਆ ਵੀ ਫ੍ਰੀ ਜਿਹੜੇ ਵੈਕਸੀਨ ਆਉਣੇ ਸੀ ਉਹ ਦਿੱਤੇ ਗਏ। ਇਹ ਸਾਡੇ ਨੀਂਹ ਪੱਥਰ ਮੰਤਰੀ ਨੇ, ਨੀਂਹ ਪੱਥਰ ਮੰਤਰੀ ਇਸ ਲਈ ਕਹਿੰਦੇ ਹਾਂ ਕਿ ਪਿਛਲੇ 2 ਸਾਲਾਂ ਦੇ ਅੰਦਰ ਇਹਨਾਂ ਨੇ 19 ਤੋਂ ਜ਼ਿਆਦਾ ਨੀਂਹ ਪੱਥਰ ਰੱਖੇ ਨੇ। ਇਹ ਦੇਖੋ ਹਰੇਕ ਜਗ੍ਹਾ ਦਾ ਨੀਂਹ ਪੱਥਰ, ਔਰ ਕਿੱਥੇ ਵੀ ਕੰਮ ਨਹੀਂ ਹੋਇਆ, ਇੱਕ ਵੀ ਜਗ੍ਹਾ ਦੇ ਉੱਤੇ ਇਹਨਾਂ ਨੇ ਕੰਮ ਨਹੀਂ ਕੀਤਾ, ਸਾਰੀ ਜਗ੍ਹਾ ਨੀਂਹ ਪੱਥਰ ਰੱਖੀ ਗਏ ਨੇ। ਤੁਸੀਂ ਇਹਨਾਂ ਤੋਂ ਜਿਹੜੀ ਗੱਲ ਪੁੱਛ ਲਓ, ਉਹ ਕਹਿੰਦੇ ਜੀ ਅਸੀਂ ਕੰਮ ਕਰ ਰਹੇ ਹਾਂ, ਅਸੀਂ ਇਹਦੇ ਉੱਤੇ ਕੰਮ ਕਰ ਰਹੇ ਹਾਂ, ਅਸੀਂ ਲੱਗੇ ਹੋਏ ਹਾਂ। ਇਹ 19 ਨੀਂਹ ਪੱਥਰ ਨੇ ਜਿਹੜੇ ਕਿ ਉੱਤੇ 1% ਕੰਮ ਨਹੀਂ ਹੋਇਆ। ਜਿਹੜਾ ਮਰਜ਼ੀ ਨੀਂਹ ਪੱਥਰ, ਜਿਹੜਾ ਮਰਜ਼ੀ ਜਗ੍ਹਾ ਤੁਸੀਂ ਦੇਖ ਲਓ, ਸਾਰੀ ਜਗ੍ਹਾ ਦੇ ਉੱਤੇ ਨੀਂਹ ਪੱਥਰ ਰੱਖੇ ਗਏ। ਜਿਹੜਾ ਬੰਦਾ 5 ਸਾਲਾਂ 'ਚ ਸਿਰਫ ਨੀਂਹ ਪੱਥਰ ਲੱਗਣ 'ਤੇ ਰੱਖਿਆ ਹੋਇਆ, ਉਸ ਤੋਂ ਅਸੀਂ ਕੰਮ ਦੀ ਕੀ ਉਮੀਦ ਕਰਦੇ? ਤੁਸੀਂ ਉਹਨਾਂ ਤੋਂ ਪੁੱਛੋ ਵੀ ਕੀ ਅਚੀਵਮੈਂਟ ਹੈ? ਇਹ ਕਹਿੰਦੇ ਮੈਂ ਮੈਡੀਕਲ ਕਾਲਜ ਬਣਾਇਆ। ਮੈਡੀਕਲ ਕਾਲਜ ਦੀ ਗੱਲ ਸੁਣ ਲਓ, 2012 ਦਾ ਮੈਡੀਕਲ ਕਾਲਜ ਦੀ ਤਿਆਰੀਆਂ ਚੱਲ ਰਹੀਆਂ ਸੀਗੀਆਂ ਔਰ ਇਸ ਸਾਲ ਜਾ ਕੇ ਸੀਟਾਂ ਭਰਨਗੀਆਂ 100। ਜਦ ਕੋਵਿਡ ਦਾ ਇੰਨਾ ਵੱਡਾ ਕਹਿਰ ਚੱਲ ਰਿਹਾ ਸੀਗਾ, 32 ਵੈਂਟੀਲੇਟਰ ਉਸ ਹੋਸਪਿਟਲ ਦੇ ਅੰਦਰ ਪਏ ਰਹੇ ਔਰ 1 ਵੀ ਵੈਂਟੀਲੇਟਰ ਯੂਜ਼ ਨਹੀਂ ਕੀਤਾ ਗਿਆ। ਜਦ ਹੰਗਾਮਾ ਕੀਤਾ ਗਿਆ, ਜਦ ਅਸੀਂ ਆਵਾਜ਼ ਚੁੱਕੀ, ਤਦ ਉਹ ਸਾਰੇ ਵੈਂਟੀਲੇਟਰ ਜਾ ਕੇ ਪ੍ਰਾਈਵੇਟ ਹਸਪਤਾਲ ਨੂੰ ਚੱਕਤੇ। ਇਹਨਾਂ ਨੇ ਦੇਖੋ ਸਾਡੀ ਮੋਹਾਲੀ ਦੀ ਖਾਸੀਅਤ ਕੀ ਹੈ, ਏਅਰਪੋਰਟ ਹੈਗਾ ਪਰ ਜਹਾਜ਼ ਨਹੀਂ ਲੈਂਡ ਕਰਦਾ, ਇੰਟਰਨੈਸ਼ਨਲ ਜਹਾਜ਼ ਦੱਸੋ ਕਿਹੜਾ ਲੈਂਡ ਕਰਦਾ। ਬੱਸ ਸਟੈਂਡ ਹੈਗਾ, 6 ਫੇਸ 'ਚ ਬੱਸ ਸਟੈਂਡ ਤਾਂ ਬਣਿਆ ਹੋਇਆ, ਕਿੰਨੇ ਸਾਲਾਂ ਤੋਂ ਬੱਸ ਸਟੈਂਡ ਬਣਿਆ ਹੋਇਆ ਪਰ ਉੱਥੇ 1 ਵੀ ਬੱਸ ਨਹੀਂ ਆਉਂਦੀ। ਬੱਸ ਸਟੈਂਡ ਹੈ, ਬੱਸ ਨਹੀਂ ਆਉਂਦੀ। ਰੇਲਵੇ ਸਟੇਸ਼ਨ ਹੈਗਾ, ਕੋਈ ਟ੍ਰੇਨ ਨਹੀਂ ਆਉਂਦੀ। ਹਸਪਤਾਲ ਹੈਗੇ ਨੇ, ਡਾਕਟਰ ਨਹੀਂ ਹੈਗੇ, ਵੈਂਟੀਲੇਟਰ ਦਾ ਐਗਜ਼ਾਮਪਲ ਅਸੀਂ ਤੁਹਾਨੂੰ ਦਿੱਤਾ। ਸਕੂਲ ਹੈਗੇ ਨੇ ਸਰਕਾਰੀ ਅਤੇ ਅੰਦਰ ਟੀਚਰ ਕੋਈ ਨਹੀਂ। ਇਹ ਦਾਅਵਾ ਕਰਦੇ ਕਿ ਮੈਂ 10 ਸਕੂਲ ਖੋਲ੍ਹੇ ਆ, ਇਹਨਾਂ ਨੂੰ ਪੁੱਛੋ ਵੀ ਕਿਹੜਾ ਸਕੂਲ ਖੋਲ੍ਹਿਆ? ਨੀਂਹ ਪੱਥਰ ਰੱਖੇ ਤੁਸੀਂ, ਨੀਂਹ ਪੱਥਰ ਰੱਖਣ ਨਾਲ ਖੋਲ੍ਹਿਆ ਨਹੀਂ ਜਾਂਦਾ। ਜਿਵੇਂ ਚੰਨੀ ਸਾਹਿਬ ਨੇ ਕਿਹਾ ਸੀ 36,000 ਨੌਕਰੀਆਂ ਕੱਚੀ ਤੋਂ ਪੱਕੀਆਂ ਕਰਤੀਆਂ ਔਰ ਸਾਰੀ ਜਗ੍ਹਾ ਬੋਰਡ ਲਾਤੇ, ਜਦ ਦੇਖਿਆ ਉਹ ਕਹਿੰਦੇ ਜੀ ਗਵਰਨਰ ਨੇ ਤਾਂ ਸਾਡੀ ਫਾਈਲ ਰਿਜੈਕਟ ਕਰਤੀ, 2 ਮਹੀਨੇ ਬਾਅਦ ਚੰਨੀ ਸਾਹਿਬ ਨੂੰ ਪਤਾ ਲੱਗਿਆ, ਉੱਦਾਂ ਹੀ ਇਹ ਮੰਤਰੀ ਕਰ ਰਹੇ। ਇਹ ਮੋਸਟ ਕਰਪਟ ਮਿਨਿਸਟਰ ਆਫ ਪੰਜਾਬ ਰਹੇ ਆ, ਜਿਹਦੇ ਕਰਕੇ ਜਦ ਚੰਨੀ ਸਾਹਿਬ ਜਿਹੜੀ ਸਰਕਾਰ ਬਦਲੀ, ਇਹਨਾਂ ਦੇ ਮੁੱਖ ਮੰਤਰੀ ਆਏ ਨਵੇਂ, ਉਹਨਾਂ ਨੇ ਇਹਨਾਂ ਨੂੰ ਉਤਾਰਤਾ। ਇਹ ਇੰਨੇ ਕਰਪਟ ਨੇ। ਹੁਣ ਅੱਜ ਕੱਲ੍ਹ ਜਿਹੜਾ ਸਭ ਤੋਂ ਵੱਡੀ ਚੀਜ਼ ਜਿਹਦੇ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕੀਤਾ, ਅੱਜ ਕੱਲ੍ਹ ਇਹ ਨਵਾਂ ਕਰਪਸ਼ਨ ਦਾ ਤਰੀਕਾ ਚਲਾ ਰਹੇ ਨੇ, ਇਹ ਇਹਨਾਂ ਨੇ ਫਾਰਮ ਬਣਾਏ ਹੋਏ ਨੇ। ਇਹ ਫਾਰਮ ਇਹਨਾਂ ਨੇ ਬਣਾਏ ਹੋਏ ਨੇ, ਜਿਵੇਂ ਇਹਨਾਂ ਨੇ ਕਿਹਾ ਸੀ 6,000 ਨੌਕਰੀਆਂ ਦਾਂਗਾ ਮੋਹਾਲੀ ਵਾਲਿਆਂ ਨੂੰ ਪਿਛਲੀ ਵਾਰ, ਤਦ ਵੀ ਇਹੋ ਜਿਹੇ ਫਾਰਮ ਭਰਾਏ ਸੀ। ਹੁਣ ਇਹਨਾਂ ਦੇ ਦਫ਼ਤਰ ਦੇ ਅੰਦਰ ਇਹ ਫਾਰਮ ਸਾਰੀ ਜਗ੍ਹਾ 'ਤੇ ਭਰੇ ਜਾ ਰਹੇ ਆ, ਇਹ ਫਾਰਮ ਜਗ੍ਹਾ ਜਗ੍ਹਾ 'ਤੇ ਭਰਾ ਰਹੇ ਨੇ ਆਪਣੇ ਦਫ਼ਤਰਾਂ 'ਚ ਲੋਕਾਂ ਨੂੰ ਬੁਲਾ ਬੁਲਾ ਕੇ। ਅਸੀਂ ਇਹਦੀ ਕੰਪਲੇਂਟ ਕਰ ਚੁੱਕੇ ਹਾਂ ਔਰ ਇੱਕ ਰਿਟਰਨ ਕੰਪਲੇਂਟ ਹੋਰ ਅੱਜ ਭੇਜ ਰਹੇ ਹਾਂ। ਇਹ ਲੋਕਾਂ ਨੂੰ ਬੁਲਾਉਂਦੇ, ਉਹ ਕਹਿੰਦੇ ਵੀ ਜੇ ਕਾਂਗਰਸ ਨੂੰ ਵੋਟ ਡਾਲੋਗੇ ਤਾਂ ਇਹ ਫਾਰਮ ਭਰ ਦਿਓ, ਸਾਡੇ ਕੋਲ ਇਹਦੀ ਵੀਡੀਓ ਰਿਕਾਰਡਿੰਗ ਵੀ ਹੈਗੀ ਆ, ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜੇ ਕਾਂਗਰਸ ਨੂੰ ਵੋਟ ਪਾਓਗੇ ਤਾਂ ਇਹ ਫਾਰਮ ਭਰ ਦਿਓ, ਤੁਹਾਨੂੰ 5 ਮਰਲੇ ਦਾ ਪਲਾਟ ਮਿਲੂਗਾ। ਜੇ ਕਾਂਗਰਸ ਨੂੰ ਵੋਟ ਨਹੀਂ ਪਾਉਂਦੇ ਤਾਂ ਇਹ ਫਾਰਮ ਭਰਨ ਦੀ ਲੋੜ ਨਹੀਂ ਹੈ ਤੁਹਾਨੂੰ। ताजा खबरों से जुड़े रहने के लिए सब्सक्राइब करें राष्ट्रीय खबर टीवी और बेल आइकन दबाना ना भूलें।